ਹੁੰਦਾ ਸੀ ਤੇ ਉਹ ਜਿਹੜਾ ਫਤਿਹਗੜ੍ਹ ਮਨਾਇਆ ਜਾਂਦਾ ਹੁਣ ਇੱਥੇ ਨਿਸ਼ੁਲਕ ਵਿਖੇ ਮਨਾਇਆ ਜਾ ਰਿਹਾ ਤੇ ਬਹੁਤ ਮਾਂ ਦੇ ਕਿਰਪਾ ਹੋਈ ਹੈ ਤੇ ਸਾਰੇ ਸੰਗਤਾਂ ਰਲ ਮਿਲ ਕੇ ਮਨਾਉਣ ਲੰਗਰ ਲੈ ਗਏ ਨੇ ਹਾਂ ਲੰਗਰ ਇੱਥੇ ਦੁੱਧ ਦਾ ਲੰਗਰ ਚੱਲਦਾ ਪਿਆ ਹੈ ਪਕੌੜਿਆਂ ਚੱਲਦਾ ਪਿਆ ਹੈ ਬਹੁਤ ਪ੍ਰਸ਼ਾਦ ਦਾ ਲੰਗਰ ਚੱਲਦਾ ਪਿਆ ਹੈ ਉਹਨਾਂ ਦੀ ਯਾਦ ਵਿੱਚ ਤਾਜ਼ਾ ਯਾਦ ਕਰਨ ਵਾਸਤੇ ਸਾਹਿਬਜ਼ਾਦਿਆਂ ਦੀ ਸਾਹਿਬਜ਼ਾਦਿਆਂ ਦੀ ਛੋਟੇ ਸਾਹਿਬਜ਼ਾਦੇ ਸ਼ਹੀਦੀ ਮੁੱਖ ਰੱਖਦੇ ਸਿਹਤ ਸਕੂਲ ਜਾਂ ਹੋਰ ਮਤਲਬ ਪਿੰਡ ਦੇ ਡਰਾਈਵਰ ਸਾਰੇ ਮਿਲ ਕੇ ਦੋਹਰਾ ਪਿਤਾ ਵੀ ਸਾਰੇ ਚਾਹ ਦਾ ਲੰਗਰ ਲਾ ਕੇ ਚਲੋ ਵੀ ਸਾਰੇ ਗੁਰਦੁਆਰਾ ਹੋ ਗਿਆ ਜਾਂ ਫਤਿਹਗੜ੍ਹ ਸਾਹਿਬ ਸਾਰੇ ਚੱਲ ਰਿਹਾ ਜੀ ਇਸ ਕਰ ਸਾਰਿਆਂ ਨੇ ਪ੍ਰੋਗਰਾਮ ਕੀਤਾ ਬੱਚਿਆਂ ਨੂੰ ਦੱਸ ਕੇ ਚਲੋ ਵੀ ਸਾਰੇ ਮਿਲ ਕੇ ਇਹ ਕੰਮ ਕਰਨਾ ਜੀ।